ਆ ਦੇਖੋ ਕਿਵੇਂ ਪਿੰਡਾਂ ਦੇ ਵਿੱਚ ਡਾਰ ਦੀ ਡਾਰ ਚੋਰਾਂ ਦੀ ਘੁੰਮ ਰਹੀ ਹੈ। 15 ਤੋਂ 20 ਚੋਰਾਂ ਨੇ ਸੁਨਿਆਰੇ ਦੀ ਦੁਕਾਨ ਤੇ ਧਾਵਾ ਬੋਲਿਆ ਏ। ਦੇਰ ਰਾਤ ਨੂੰ ਸ਼ਟਰ ਤੋੜ ਕੇ ਦੁਕਾਨ ਦੇ ਅੰਦਰ ਦਾਖਲ ਹੁੰਦੇ ਨੇ, ਸ਼ੀਸ਼ੇ ਭੰਨਦੇ ਨੇ। ਜਿਵੇਂ ਹੀ ਇਹ ਸ਼ੀਸ਼ੇ ਭੰਨਦੇ ਨੇ ਤਾਂ ਦੁਕਾਨ ਦੇ ਵਿੱਚ ਲੱਗਿਆ ਸੁਰੱਖਿਆ ਅਲਾਰਮ ਉੱਚੀ ਉੱਚੀ ਬੋਲਣ ਲੱਗ ਪੈਂਦਾ ਏ, ਆਵਾਜ਼ਾਂ ਆਉਣ ਲੱਗ ਪੈਂਦੀਆਂ ਨੇ, ਜਿਸ ਕਰਕੇ ਆਂਢ ਗੁਆਂਢ ਦੇ ਲੋਕ ਖੜ੍ਹੇ ਹੋ ਜਾਂਦੇ ਨੇ ਅਤੇ ਸੁਨਿਆਰੇ ਦੀ ਵੀ ਅੱਖ ਖੁੱਲ੍ਹ ਜਾਂਦੀ ਹੈ, ਜਿਸ ਤੋਂ ਬਾਅਦ ਰੌਲਾ ਪਾਇਆ ਗਿਆ ਤਾਂ ਇਹ ਜਿਹੜੇ ਚੋਰ ਸਨ ਇਹ ਭੱਜ ਨਿਕਲੇ। ਪਰ ਉਦੋਂ ਤੱਕ ਇਹ 1 ਤੋਂ 1.5 ਕਿਲੋ ਚਾਂਦੀ ਦੇ ਗਹਿਣੇ ਚੋਰੀ ਕਰ ਚੁੱਕੇ ਸਨ ਅਤੇ ਜਾਂਦੇ ਜਾਂਦੇ ਇਹ 1 ਤੋਂ 1.5 ਕਿਲੋ ਚਾਂਦੀ ਦੇ ਗਹਿਣੇ ਨਾਲ ਲੈ ਗਏ। ਦੇਖ ਸਕਦੇ ਹੋ ਤਸਵੀਰਾਂ ਕਾਊਂਟਰ ਦੇ ਵਿੱਚ ਜਿਹੜੇ ਸ਼ੋਅ ਦੇ ਵਿੱਚ ਗਹਿਣੇ ਰੱਖੇ ਹੁੰਦੇ ਨੇ ਇਹ ਉਹੀ ਤੋੜ ਪਾਏ। ਸੇਫ ਕੇਸ ਤੱਕ ਇਹਨਾਂ ਦਾ ਹੱਥ ਪਹੁੰਚਦਾ ਉਸ ਤੋਂ ਪਹਿਲਾਂ ਹੀ ਸੁਰੱਖਿਆ ਅਲਾਰਮ ਬੋਲਣ ਲੱਗ ਪਿਆ, ਜਿਸ ਕਰਕੇ ਸੁਨਿਆਰੇ ਦਾ ਬਚਾਅ ਹੋ ਗਿਆ ਏ ਵੱਡਾ ਨੁਕਸਾਨ ਹੋਣ ਤੋਂ। ਤਾਂ ਦੱਸ ਦਈਏ ਕਿ ਤਸਵੀਰਾਂ ਲੁਧਿਆਣਾ ਦੇ ਤਾਜਪੁਰ ਰੋਡ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਅਮਨ ਜਵੈਲਰ ਦੀ ਦੁਕਾਨ 'ਤੇ 15 ਤੋਂ 20 ਚੋਰ ਦਾਖਲ ਹੁੰਦੇ ਨੇ ਅਤੇ 15 ਤੋਂ 20 ਚੋਰ ਡਰ ਬਣਾ ਕੇ ਇਕੱਠੇ ਘੁੰਮ ਰਹੇ ਨੇ। ਪੂਰੇ ਲੁਧਿਆਣਾ ਸ਼ਹਿਰ ਦੇ ਵਿੱਚ ਇਹਨਾਂ ਨੇ ਆਤੰਕ ਮਚਾਇਆ ਹੋਇਆ ਏ। ਮੌਕੇ 'ਤੇ MLA ਗਰੇਵਾਲ ਭੋਲਾ ਵੀ ਪਹੁੰਚੇ, ਉਹਨਾਂ ਦੇ ਵੱਲੋਂ ਜਵੈਲਰ ਨੂੰ ਆਸ਼ਵਾਸਨ ਦਿਵਾਇਆ ਗਿਆ ਏ ਕਿ ਜਲਦ ਤੋਂ ਜਲਦ ਚੋਰਾਂ 'ਤੇ ਠੱਲ ਪਾਈ ਜਾਵੇਗੀ ਅਤੇ ਚੋਰਾਂ ਨੂੰ ਫੜ ਕੇ ਉਹਨਾਂ ਦੇ ਗਹਿਣੇ ਵਾਪਸ ਕਰਵਾਏ ਜਾਣਗੇ। ਤਾਂ 15 ਤੋਂ 20 ਚੋਰ ਲੁਧਿਆਣਾ ਮਹਾਂਨਗਰ ਦੇ ਵਿੱਚ ਘੁੰਮ ਰਹੇ ਨੇ। ਤਸਵੀਰਾਂ ਦੇਖੋ ਤੁਸੀਂ ਕਿਵੇਂ ਗਲੀਆਂ ਦੇ ਵਿੱਚ ਸ਼ਰੇਆਮ 15 ਤੋਂ 20 ਇਹ ਨੌਜਵਾਨ ਜਿਹੜੇ ਕਿ ਚੋਰ ਹਨ ਇਹ ਘੁੰਮ ਰਹੇ ਨੇ, ਅਲੱਗ ਅਲੱਗ ਥਾਂ 'ਤੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ। ਆਓ ਮੌਕੇ 'ਤੇ MLA ਗਰੇਵਾਲ ਭੋਲਾ ਦਾ ਕੀ ਕਹਿਣਾ ਹੈ ਜਾਣਦੇ ਹਾਂ। ਮੇਰੀ ਸ਼ੋਪ ਦਾ ਨਾਮ ਅਮਨ ਜਵੈਲਰ ਤਾਜਪੁਰ ਰੋਡ 'ਤੇ ਜੀ। ਇਹ ਰਾਤ 3 ਵਜੇ ਦਾ ਵਾਕਿਆ ਜੀ। ਇਹ ਰਾਤ 3 ਵਜੇ ਸਾਡੇ ਮੇਰੇ ਫੋਨ ਦੇ ਵਿੱਚ ਕੋਲ ਆਈ, ਜਿਹੜਾ ਮੈਂ ਸਿਸਟਮ ਲਗਾ ਚੁੱਕਾ ਦੁਕਾਨ ਦੇ ਵਿੱਚ, ਉਹ ਸਿਸਟਮ ਦੀ ਕੋਲ ਵੱਜੀ। ਮੈਨੂੰ ਪਤਾ ਲੱਗ ਗਿਆ ਮੇਰੀ ਦੁਕਾਨ ਦੇ ਵਿੱਚ ਕੋਈ ਐਂਟਰ ਕਰ ਗਿਆ। ਕਿੰਨੇ ਕੁ ਬੰਦੇ ਸੀ ਉਹ? ਮੈਂ ਤੁਹਾਨੂੰ ਦੱਸਦਾ ਜੀ, ਮੈਨੂੰ ਪਤਾ ਲੱਗ ਗਿਆ ਮੇਰੀ ਦੁਕਾਨ 'ਚ ਕੋਈ ਐਂਟਰ ਕਰ ਗਿਆ। ਮੈਂ ਦੁਕਾਨ ਦੇ ਵਿੱਚ ਆਉਣ ਲੱਗਾ, ਉੱਪਰ ਹੀ ਰਹਿੰਦੇ ਅਸੀਂ, ਅਤੇ ਮੇਰੇ ਘਰਦਿਆਂ ਨੇ ਮਨਾ ਕੀਤਾ, ਕਹਿੰਦੇ ਤੁਸੀਂ ਇਕੱਲੇ ਹੋ ਨਹੀਂ ਜਾਣਾ, ਅਤੇ ਪਹਿਲਾਂ ਬਾਹਰੋਂ ਇਕੱਠੇ ਕਰ ਲਓ ਕਿਸੇ ਨੂੰ, ਫਿਰ ਆਪਾਂ ਜਾਣਾ, ਉਹ ਪਤਾ ਨਹੀਂ ਕਿੰਨੇ ਜਾਣੇ ਹੋਣ। ਅਤੇ ਮੈਂ ਬਾਹਰ ਬਨੇਰੇ 'ਤੇ ਆਇਆ ਜੀ, ਮੈਂ ਬਨੇਰੇ 'ਤੇ ਆ ਕੇ ਰੌਲਾ ਪਾਇਆ ਆਂਢ ਗੁਆਂਢ ਨੂੰ ਜਗਾਉਣ ਵਾਸਤੇ, ਅਤੇ ਇੰਨੀ ਦੇਰ ਨੂੰ ਉਹ ਮੇਰੀ ਆਵਾਜ਼ ਸੁਣ ਕੇ ਭੱਜਣੇ ਸ਼ੁਰੂ ਹੋ ਗਏ ਜੀ। 25 ਤੋਂ 30 ਬੰਦੇ ਸੀ ਜੀ ਜਿਨ੍ਹਾਂ ਨੂੰ ਮੈਂ ਭੱਜਦਿਆਂ ਦੇਖਿਆ। ਉਦੋਂ ਬਾਅਦ ਅਸੀਂ ਆਪਣੀ ਵੀਡੀਓ ਦੇਖੀ ਕੈਮਰੇ ਦੀ, ਅੰਦਰ ਜਾ ਕੇ 2 ਬੰਦੇ ਅੰਦਰ ਐਂਟਰ ਹੋਏ ਜੀ, 2 ਬੰਦੇ ਐਂਟਰ ਹੋਏ ਆ, ਉਹਨਾਂ ਨੂੰ 1 ਮਿੰਟ ਅੰਦਰ ਮਿਲਿਆ ਜੀ। 1 ਮਿੰਟ ਦੇ 'ਚ ਸ਼ੀਸ਼ੇ ਵੀ ਤੋੜ ਕੇ ਗਏ ਜੀ, ਅਤੇ ਵਿੱਚੋਂ ਚਾਂਦੀ ਦਾ 1 ਡੱਬਾ ਲੈ ਕੇ, ਕਹਿੰਦੇ ਜਿਹਦੇ 1 ਕਿਲੋ ਜਾਂ 1.5 ਕਿਲੋ ਦੇ ਕਰੀਬ ਚਾਂਦੀ ਹੋਏਗੀ। ਬਸ 1.5 ਕਿਲੋ ਚਾਂਦੀ ਗਈ ਹੈ ਜੀ, ਹੋਰ ਨਹੀਂ ਹੋਇਆ। ਉਹ 1 ਤਾਂ ਅੰਦਰ ਹੂਟਰ ਵੱਜ ਗਿਆ ਜੀ, ਅਤੇ ਪਲੱਸ ਮੇਰੇ ਫੋਨ 'ਚ ਕੋਲ ਆ ਗਈ, ਉਹ ਹੂਟਰ ਕਰਕੇ ਹੀ ਬਚਾਅ ਹੋਇਆ ਜੀ ਮੇਰਾ। ਜਦੋਂ ਹੂਟਰ ਵੱਜਾ ਤਾਂ ਉਹ ਭੱਜ ਗਏ ਅੰਦਰੋਂ। ਅਸੀਂ ਫੋਨ ਕੀਤਾ ਜੀ, ਉਹ 1.25 ਘੰਟੇ 'ਚ ਆ ਗਏ। ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਜੀ, ਅਸੀਂ ਕਾਰਵਾਈ ਕਰਾਂਗੇ, ਬੰਦੇ ਟਰੇਸ ਕਰਾਂਗੇ, ਅਤੇ ਅੱਗੋਂ ਸਕਿਉਰਟੀ ਦਾ ਸਿਸਟਮ ਵੀ ਅਸੀਂ ਇੱਥੇ ਤੁਹਾਡੀ ਰੋਡ 'ਤੇ ਪੂਰਾ ਲਾਗੂ ਕਰਾਂਗੇ। ਹੈਗੀਆਂ ਜੀ। ਅੱਜ ਜੋ ਅਮਨ ਜਵੈਲਰ ਨੇ ਸਾਡੇ ਸਾਥੀ ਨੇ ਤਾਜਪੁਰ ਰੋਡ 'ਤੇ ਬਹੁਤ ਵੱਡੀ ਵਾਰਦਾਤ ਹੋਈ ਹੈ, ਅਤੇ ਸ਼ਟਰ ਤੋੜ ਕੇ ਅੰਦਰ ਆ ਗਏ ਅਤੇ ਉਹ ਸਿਸਟਮ ਲੱਗਿਆ ਕਰਕੇ ਬਚਾਅ ਹੋ ਗਿਆ, ਅਤੇ ਬਹੁਤ ਘਿਨੌਣੀ ਹਰਕਤ ਕਹਿ ਸਕਦੇ ਹਾਂ। ਔਰ ਕਾਫੀ ਜੋ ਦੱਸ ਰਹੇ ਨੇ ਬੰਦੇ ਵੀ, ਮਤਲਬ ਕਿ ਤਕਰੀਬਨ 25 ਤੋਂ 30 ਬੰਦੇ ਸੀਗੇ, ਇਹਦਾ ਮਤਲਬ ਕੋਈ ਨਾ ਕੋਈ ਗੈਂਗ ਇਸ ਤਰ੍ਹਾਂ ਦਾ ਇਕੱਠਾ ਹੋ ਕੇ ਆ ਰਿਹਾ। ਬਿਲਕੁਲ ਮੈਂ CP ਸਾਹਿਬ ਦੀ ਨੌਲੇਜ ਵੀ ਲਿਆਂਦਾ, ਉੱਪਰ ਸਾਰੇ ਅਫਸਰਾਂ ਦੀ ਨੌਲੇਜ ਲਿਆਂਦਾ ਵਾ, ਅਤੇ ਇਹਦੀ ਕਾਰਵਾਈ ਹੋ ਰਹੀ ਹੈ ਸਾਰੇ ਕੋਕ ਕਰਕੇ, ਸਾਰੇ ਕੈਮਰੇ ਚੈੱਕ ਕਰਕੇ। ਬਿਲਕੁਲ ਇਹ ਜਲਦੀ ਇਹਨਾਂ 'ਤੇ ਕਾਰਵਾਈ ਹੋਊਗੀ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਦੇ ਵਾਸਤੇ
ਪ੍ਰਬੰਧ ਕੀਤੇ ਜਾਣੇ, ਕਿਉਂਕਿ ਤੁਸੀਂ ਦੇਖਿਆ ਹੋਣਾ ਵੀ ਇਹਦੇ ਵਾਰਦਾਤ ਵਾਸਤੇ ਜਿਹੜੀਆਂ ਖੁਦ ਵਾਰਦਾਤਾਂ ਹੋ ਰਹੀਆਂ ਨੇ ਔਰ ਗੱਡੀਆਂ ਵੀ ਚਲਾਈਆਂ ਗਈਆਂ ਨੇ ਅਤੇ PCR ਮਿਲ ਕੇ ਮੋਟਰਸਾਈਕਲ ਵੀ ਹੋਰ ਚਲਾ ਰਹੇ ਹਾਂ, ਅਤੇ ਪਰ ਪ੍ਰੋਬਲਮ ਕੀ ਆ, ਏਰੀਆ ਬਹੁਤ ਜ਼ਿਆਦਾ ਵੱਧ ਗਿਆ, ਰਿਟਾਇਰਮੈਂਟ ਬਹੁਤ ਜ਼ਿਆਦਾ ਹੋ ਗਈ, ਭਰਤੀ ਹੋਈ ਨਹੀਂ ਹੈਗੀ। ਅੱਜ ਤੁਸੀਂ ਦੇਖਿਆ ਹੋਣਾ ਵੀ ਲਗਾਤਾਰ ਅਸੀਂ ਭਰਤੀ ਕਰ ਰਹੇ ਹਾਂ ਆਮ ਆਦਮੀ ਪਾਰਟੀ ਸਰਕਾਰ, ਅਤੇ ਮੁਲਾਜ਼ਮਾਂ ਦੀ ਘਾਟ ਕਰਕੇ ਥੋੜ੍ਹੀ ਪ੍ਰੋਬਲਮ ਆ ਰਹੀ ਹੈ, ਪਰ ਇਹ ਜਲਦੀ ਇਹ ਵਾਰਦਾਤ ਵਾਲੇ ਵੀ ਫੜੇ ਜਾਣਗੇ ਅਤੇ ਆਉਣ ਵਾਲੇ ਸਮੇਂ 'ਚ ਇਹਦਾ ਹੱਲ ਵੀ ਕੀਤਾ ਜਾਊਗਾ। ਹੋਰ ਵੀ ਕੋਈ ਅਫਸਰ ਆ ਰਹੇ ਨੇ DHP ਵਗੈਰਾ? DHP ਸਾਹਿਬ ਫੋਰੈਂਸਿਕ ਟੀਮ ਆਈ ਹੋਈ ਹੈ ਸਾਡੀ, ਉਹ ਅਸੀਂ ਟੀਮ ਕਰ ਰਹੇ ਹਾਂ। ਠੀਕ ਹੈ ਜੀ, ਸ਼ਰਾਰਤੀ ਅਨਸਰ ਆ ਜਿਹੜੇ ਕਿਉਂਕਿ ਉਹ ਜ਼ਿਆਦਾ ਠੰਡ ਹੋਣ ਕਰਕੇ ਲੋਕ ਜਿਹੜਾ ਹੈਗਾ ਅੰਦਰ ਸੌਂ ਜਾਂਦੇ ਹੈਗੇ ਅਤੇ ਉਹ ਵਿਜੀਬਿਲਿਟੀ ਜਿਹੜੀ ਘੱਟ ਜਾਂਦੀ ਹੈਗੀ ਆ ਧੁੰਦ ਦੇ ਕਾਰਨ, ਵਹੀਕਲ ਦੀ ਅਤੇ ਬੰਦੇ ਦੀ, ਇਸ ਕਰਕੇ ਜੇ ਕੋਲ ਵੀ ਬੰਦਾ ਜੇ ਖੜਦਾ ਹੁੰਦਾ ਤਾਂ ਉਹ ਘੱਟ ਨਜ਼ਰ ਆਉਂਦਾ ਹੈਗਾ। ਅਪਰੋਕਸੀਮੇਟ ਮੇਰੀ ਟੀਮ ਵੀ ਹੈ ਜਿਹੜੀ ਮੇਰੀ ਉਹਨਾਂ ਨਾਲ ਗੱਲ ਹੋਈ ਹੈ ਰਾਤ ਜਿਹੜੀ ਗਸ਼ਤ ਕਰ ਰਹੀ ਸੀ ਸਾਡੀ ਕੰਟਰੋਲਿੰਗ ਪਾਰਟੀ, ਉਹ ਵੀ ਉਸ ਤੋਂ ਦੇਖੋ ਇਹ ਇੰਸੀਡੈਂਟ ਹੋਇਆ ਉਸ ਤੋਂ 10 ਮਿੰਟ ਪਹਿਲਾਂ ਹੀ ਇੱਥੋਂ ਦੀ ਉਹ ਚੈੱਕ ਕਰਕੇ ਗਈ ਹੈ। ਸਰ ਦੱਸਿਆ ਜਾ ਰਿਹਾ ਕਿ ਇਹ ਆ ਜਗ੍ਹਾ ਤੋਂ ਚੋਰੀ ਹੋਈ, ਇੱਕ ਥੋੜ੍ਹਾ ਅੱਗੇ ਕਰਕੇ ਦੋ ਕਦਮ ਦੋ ਥਾਵਾਂ ਦੇ ਉੱਤੇ ਸ਼ਟਰ ਟੁੱਟੇ ਆ, ਉਹਨਾਂ ਨੇ ਤੋੜਨ ਕੋਸ਼ਿਸ਼ ਕੀਤੀ ਹੈ ਚੋਰੀ ਕਰਨ ਦੀ, ਪਰ ਉਹ ਅਲਰਟ ਹੋਣ ਕਰਕੇ ਸਿਸਟਮ ਇਹ ਬਚਾਅ ਹੋਇਆ। ਸਰ ਜਿਵੇਂ ਕਿ ਇਹ ਸ਼ਟਰ ਬੜਾ ਹੈਵੀ ਹੈ, ਸ਼ਟਰ ਬੜਾ ਭਾਰਾ ਹੈਗਾ, ਇਹਦੀ ਮੁੜ ਕੇ ਇੰਨਾ ਜਾਣੀ ਕਿ ਇੱਦਾਂ ਚੋਰਾਂ ਦਾ ਇੰਨਾ ਬੁਲੰਦ ਹੋ ਗਿਆ ਜਾਣੀ ਕਿ ਜਿਹੜੇ ਅੰਦਰ ਕਿੰਨੇ ਜਾਣੇ ਗਏ ਹੈਗੇ ਸੀ? ਜਿੱਦਾਂ ਹਜੇ ਅਸੀਂ ਕੈਮਰੇ ਚੈੱਕ ਕਰਕੇ ਅਸੀਂ ਚੈੱਕ ਕਰ ਰਹੇ ਹਾਂ, ਸਿਸਟਮ ਫੁਟੇਜ ਚੈੱਕ ਕਰਕੇ ਉਸ ਤੋਂ ਬਾਅਦ ਹੀ ਅਸੀਂ ਇਨਵੈਸਟੀਗੇਸ਼ਨ ਕਰਨਾ। ਕੋਈ ਨੁਕਸਾਨ ਵੈਸੇ ਮਾਲਕਾਂ ਨੂੰ ਕੀ ਕਰ ਰਹੇ ਹਾਲੇ ਤੱਕ ਤਾਂ ਬਚਾਅ ਆਇਆ ਕਿ ਚਾਂਦੀ ਦਾ ਛੋਟਾ ਡੱਬਾ ਸੀਗਾ ਉਹਦੇ ਉੱਤੇ ਕੁਛ ਜਿਹੜੀ ਚਾਂਦੀ ਦੇ ਆਈਟਮਸ ਬਣੀ ਹੋਈ ਸੀ ਉਹ ਹੀ ਕਿ ਕਾਊਂਟਰ ਤੇ ਪਿਆ ਸੀਗਾ ਉਹ ਲੈ ਕੇ ਆਏ ਨੇ, ਬਾਕੀ ਬਚਾਅ ਰਿਹਾ। ਠੀਕ ਹੈ, ਧੰਨਵਾਦ ਜੀ।